ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਅਸੀਂ ਅੱਜ ਦਾ ਪ੍ਰੋਗਰਾਮ ਕਿਉਂ ਰੱਖਿਆ, ਕਿਉਂਕਿ ਸਾਡੇ ਤਕਰੀਬਨ ਜ਼ਿਲ੍ਹਾ ਸੰਗਰੂਰ ਦੇ 5000 ਤੋਂ ਵੱਧ ਪੈਨਸ਼ਨਰ ਨੇ ਜਿਹੜੇ ਤੁਹਾਡੀ ਬੈਂਕ ਨਾਲ ਜੁੜੇ ਹੋਏ ਆ। ਉਹਨਾਂ ਦੀਆਂ ਸਮੱਸਿਆਵਾਂ ਲੈ ਕੇ ਅਸੀਂ ਜਦੋਂ ਤੋਂ CPC ਬਣਿਆ, ਅਸੀਂ ਸਮੇਂ ਸਮੇਂ ਸਿਰ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਆਉਂਦੇ ਰਹਿੰਦੇ ਹਾਂ। ਇਸ ਤੋਂ ਪਹਿਲਾਂ ਕਮਲ ਜੀ ਤੋਂ ਪਹਿਲਾਂ ਸਾਡੇ ਤੁਹਾਡੇ ਦਫ਼ਤਰ ਦੇ SP ਸਿੰਘ, ਉਹਨਾਂ ਨਾਲ ਵੀ ਸਾਡਾ ਰਾਬਤਾ ਰਿਹਾ। ਉਬਰਾਏ ਸਾਹਿਬ ਸੀਗੇ ਸੀਨੀਅਰ ਮੈਨੇਜਰ, ਉਹਨਾਂ ਨਾਲ ਵੀ ਵਾਸਤਾ ਰਿਹਾ। ਪਰ ਅਸੀਂ SP ਸਿੰਘ ਸਰ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜਦੋਂ ਤੁਸੀਂ ਵਧਾਈ ਪਾਰਟੀ ਲੈਣੀ ਹੈ ਤਾਂ ਸਾਨੂੰ ਜ਼ਰੂਰ ਸੱਦਿਓ, ਪਰ ਪਤਾ ਨਹੀਂ ਉਹਨਾਂ ਨੇ ਸਾਨੂੰ ਇਹ ਸਮਾਂ ਨਹੀਂ ਦਿੱਤਾ। ਸਾਨੂੰ ਬੜਾ ਅਫਸੋਸ ਹੋ ਰਿਹਾ ਕਿ ਜੇ ਉਸ ਸਮੇਂ ਮੈਂ ਵੀ ਹਾਜ਼ਰ ਹੁੰਦੇ ਜਿਸ ਤਰ੍ਹਾਂ ਸੀ ਅੱਜ ਹਾਜ਼ਰ ਹੋ ਜਾਵੇਗਾ। ਅਖੀਰ ਵਿੱਚ ਮੈਂ ਬਹੁਤਾ ਸਮਾਂ ਤੁਹਾਡਾ ਨਹੀਂ ਲੈਂਦਾ, ਮੈਂ ਆਪਣੀ ਜਥੇਬੰਦੀ ਵੱਲੋਂ, ਜ਼ਿਲ੍ਹਾ ਸੰਗਰੂਰ ਦੇ ਸਮੂਹ ਪੈਨਸ਼ਨਰਾਂ ਵੱਲੋਂ ਇਹਨਾਂ ਦੀ ਲੰਬੀ ਉਮੇਰ ਲੰਬੀ ਉਮਰ ਦੀ ਕਾਮਨਾ ਕਰਦਾ ਹੋਇਆ ਪਤਾ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।